ਇਹ ਹਾਕੀ ਟ੍ਰੇਨਿੰਗ ਸੈਂਟਰ ਜੀ 2016 ਤੋਂ ਅਸੀਂ ਚਲਾਈਏ ਅਤੇ ਇੱਥੇ ਜਿਹੜੇ ਪਿੰਡ ਦੇ ਬੱਚੇ ਨੇ ਛੋਟੇ ਛੋਟੇ ਉਹਨਾਂ ਦੇ ਅਸੀਂ ਵੀ ਕਿੱਦਾਂ ਇਹ ਨਸ਼ਿਆਂ ਤੋਂ ਦੂਰ ਰਹਿ ਸਕਣ, ਮੋਬਾਈਲਾਂ ਤੋਂ ਦੂਰ ਰਹਿ ਸਕਣ ਅਤੇ ਪੜ੍ਹਨ ਦੇ ਨਾਲ ਨਾਲ ਖੇਡਾਂ 'ਚ ਵੀ ਮੱਲਾ ਮਾਰ ਸਕਣ, ਤਾਂ ਕਰਕੇ ਅਕੈਡਮੀ ਸ਼ੁਰੂ ਕਰਵਾਈ ਸੀ ਹਾਕੀ ਟ੍ਰੇਨਿੰਗ ਸੈਂਟਰ ਰਾਮਪੁਰ। ਅਤੇ ਇਹ ਜੀ ਆਪਣੇ ਜੋ ਜਗਦੇਵ ਸਿੰਘ ਜਗਦੇ ਕੋਚ ਆਏ ਨੇ, ਜੋ ਕਨੇਡਾ ਦੇ ਵਿੱਚ ਇਹ ਹੈੱਡ ਕੋਚ ਨੇ ਜੀ, ਅਮਰੀਕਾ 'ਚ ਵੀ ਕੋਚਿੰਗ ਕਰਦੇ ਨੇ, ਵੱਖ ਵੱਖ ਦੇਸ਼ਾਂ ਆਸਟ੍ਰੇਲੀਆ, ਕਨੇਡਾ, ਜਰਮਨ, ਬਹੁਤ ਦੇਸ਼ਾਂ ਵਿੱਚ ਜਾ ਕੇ ਟ੍ਰੇਨਿੰਗ ਦੇ ਆਏ ਨੇ। ਅਤੇ ਸਾਡੇ ਵੀਰ ਨੇ ਉੱਥੇ ਅਮਨਦੀਪ ਸਿੰਘ ਮਾਂਗੜ ਅਤੇ ਮਨਮੋਹਨ ਸਿੰਘ USA, ਜਿਨ੍ਹਾਂ ਦੇ ਬਦੌਲਤ ਇਹ ਸਾਡੇ ਪਿੰਡ ਵਿੱਚ ਆ ਕੇ ਛੋਟੇ ਛੋਟੇ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਨੇ, ਤਾਂ ਜੋ ਬੱਚੇ ਆਪਣੇ ਮਾਂ ਪਿਓ ਦਾ ਨਾਂ ਰੌਸ਼ਨ ਕਰ ਸਕਣ, ਪਿੰਡ ਦਾ ਨਾਂ ਰੌਸ਼ਨ ਕਰ ਸਕਣ ਅਤੇ ਨਸ਼ਿਆਂ ਤੋਂ ਦੂਰ ਰਹਿ ਸਕਣ ਅਤੇ ਪਿੰਡ ਦਾ ਅਤੇ ਪੰਜਾਬ ਦਾ ਅਤੇ ਇੰਡੀਆ ਦਾ ਨਾਂ ਰੌਸ਼ਨ ਕਰ ਸਕਣ। ਇਹ ਜੋ ਹੁਣ ਸਾਡੇ ਵਰਲਡ ਕੱਪ ਹਾਕੀ ਖੇਲ ਕੇ ਆਈ ਹੈ ਵੀਰ ਜੀ, ਉਹ ਆਪਣੇ ਉਹਨਾਂ ਨੂੰ ਦੇਖ ਕੇ ਇਹਨਾਂ ਦੇ ਵਿੱਚ ਬਹੁਤ ਉਤਸ਼ਾਹ। ਅਤੇ ਕੋਚ ਸਾਹਿਬ ਦਾ ਕਹਿਣਾ ਇਹ ਆ ਵੀ ਜਿਹੜੀ ਹਾਕੀ ਆ ਜਾਂ ਪਲੇਅਰ ਨੇ, ਕਿਸੇ ਵੀ ਸਾਈਡ ਦੇ ਪਲੇਅਰ, ਕਿਸੇ ਵੀ ਬਾਸਕਟਬਾਲ ਲੈ ਲਓ, ਟੈਨਿਸ ਲੈ ਲਓ, ਕ੍ਰਿਕਟ ਲੈ ਲਓ, ਹਾਕੀ ਲੈ ਲਓ, ਵੀ ਜਿਹੜੇ ਵਰਲਡ ਦੇ ਵਧੀਆ ਪਲੇਅਰ ਨੇ ਉਹ ਪਿੰਡਾਂ ਵਿੱਚ ਨੇ, ਪਿੰਡਾਂ ਦੇ ਵਿੱਚੋਂ ਇਹ ਕੋਚ ਸਾਹਿਬ ਨੇ ਇਹ ਉਹ ਪਿੰਡਾਂ ਦੇ ਵਿੱਚੋਂ ਪਲੇਅਰਾਂ ਨੂੰ ਲੱਭਣਾ, ਤਾਂ ਜੋ 2025 ਜਾਂ 2032 ਦੇ ਵਿੱਚ ਓਲੰਪੀਅਨ ਹੋਣੇ ਨੇ, ਉਹਦੇ ਵਿੱਚੋਂ ਕੋਈ ਇਹੋ ਜਿਹੇ ਬੱਚੇ ਇੱਥੋਂ ਨਿਕਲਣ ਜੋ ਓਲੰਪੀਅਨ ਖੇਡਣ। ਜੇ ਸਾਡੇ ਬੱਚੇ ਪਿੰਡ ਦੇ ਰੌਂਪਰ ਦੇ ਜੇ ਓਲੰਪੀਅਨ ਦੇ ਵਿੱਚ ਇੱਕ ਜਾਂ ਦੋ ਬੱਚੇ ਜਾਣਗੇ ਤਾਂ ਸਾਡੇ ਪਿੰਡ ਦਾ ਮਾਣ ਵਧੂਗਾ, ਸਾਡੇ ਪਿੰਡ ਦਾ ਨਾਂ ਹੋਊਗਾ ਅਤੇ ਪੰਜਾਬ ਦਾ ਨਾਂ ਹੋਊਗਾ, ਇੰਡੀਆ ਦਾ ਨਾਂ ਹੋਊਗਾ ਅਤੇ ਸਾਡੀ ਪਿੰਡ ਦੀ ਪੰਚਾਇਤ ਅਤੇ ਪ੍ਰਧਾਨ ਰਣਜੋਤ ਸਿੰਘ ਅਤੇ ਸਮੂਹ ਮੈਂਬਰ ਅਤੇ NRI ਵੀਰ ਕੋਚ ਸਿਵ ਜਗਦੇਵ ਦਾ ਬਹੁਤ ਬਹੁਤ ਵੈਲਕਮ ਕਰਦੇ ਹਾਂ ਜੀ ਇਹਨਾਂ ਦਾ ਆਉਣ ਦਾ, ਅਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਬੱਚਿਆਂ ਨੂੰ ਇਹ ਹਾਕੀ ਸਿਖਾ ਰਹੇ ਨੇ ਜੀ। ਅਤੇ ਉਹ ਮੈਨੂੰ ਅਮਨ ਨੇ ਕਿਹਾ ਕਿ ਵੀਰੇ ਸਾਡੇ ਪਿੰਡ ਜਾਣਾ ਰੌਂਪੜ, ਅਤੇ ਮੇਰੇ ਨਾਨਕੇ ਬੇਗੋਵਾਲ ਨੇ, ਮੇਰਾ ਜਨਮ ਬੇਗੋਵਾਲ ਹੋਇਆ ਸੀ। ਮੈਂ ਕਿਹਾ ਤਾਂ ਬਹੁਤ ਸੋਹਣਾ ਮੌਕਾ ਕਿ ਮੈਨੂੰ ਮੌਕਾ ਮਿਲੂਗਾ ਰੌਂਪੜ ਜਾਣ ਦਾ। ਜਦੋਂ ਇੱਥੇ ਆਇਆ ਮੈਨੂੰ ਇੰਨਾ ਪਿਆਰ ਮਿਲਿਆ, ਬੱਚੇ ਇੰਨੇ ਸੁਣਦੇ ਨੇ, ਜਿਹੜੇ ਦੂਜੇ ਨੇ ਸਿਆਣੇ ਉਹਨਾਂ ਨੂੰ ਮੈਂ ਕੋਚਿਸ ਲਾਇਆ, ਸੋ ਅਸੀਂ ਸਾਰੇ ਰਲ ਮਿਲ ਕੇ ਗੱਲ ਕੰਮ ਕਰ ਰਹੇ ਹਾਂ ਜੀ। ਅਤੇ ਇੰਡੀਅਨ ਹਾਕੀ ਦਾ ਕਿੱਦਾਂ ਫਿਊਚਰ ਦੇਖਦੇ ਹੋ, ਜਿੱਦਾਂ ਹਾਕੀ ਟੀਮ ਪਹਿਲਾਂ ਇੰਡੀਆ ਦੀ ਟੌਪ 'ਤੇ ਰਹੀ ਹੈ, ਅਤੇ ਹੁਣ ਕਿੱਦਾਂ ਦੇਖਦੇ ਹੋ ਫਿਊਚਰ? ਵੀਰ ਜੀ, ਇੰਡੀਅਨ ਹਾਕੀ ਦਾ ਫਿਊਚਰ ਬ੍ਰਾਈਟ ਆ। ਜੇ ਆਪਾਂ ਪੰਜਾਬ 'ਚੋਂ ਸਹੀ ਪ੍ਰੋਡਿਊਸ ਕਰਾਂਗੇ ਪਲੇਅਰ, ਤਾਂ ਉਹ ਇੰਡੀਆ 'ਚ ਜੇ ਚੰਗੇ ਹੋਏ ਆਪਣੇ ਆਪ ਆਉਂਗੇ। ਮੈਂ ਦੋ ਐਗਜ਼ੈਂਪਲਾਂ ਦੇਣਾ ਚਾਹੁੰਦਾ ਵੀਰ ਜੀ। ਇੱਕ ਤਾਂ 1964 ਦੇ ਵਿੱਚ ਟੋਕੀਓ ਓਲੰਪਿਕ ਗੇਮਸ, ਅਤੇ ਇੱਕ 1966 'ਚ ਬੈਂਕੋਕ ਏਸ਼ੀਅਨ ਗੇਮ ਦੇ ਵਿੱਚ ਇੰਡੀਆ ਨੇ ਗੋਲਡ ਮੈਡਲ ਜਿੱਤੇ ਸੀ। ਉਹ ਟੀਮ ਦੇ ਵਿੱਚ 10 ਪੰਜਾਬੀ ਸੀਗੇ ਦੋਨੋਂ ਟੀਮਾਂ 'ਚ, ਕਿਉਂਕਿ ਚੰਗੇ ਪਲੇਅਰ ਸੀਗੇ। ਕੋਈ ਇੱਥੇ ਜਾਤ ਪਾਤ ਦੀ ਗੱਲ ਨਹੀਂ, ਇਹ 'ਚ ਇਹ ਦੱਸਣਾ ਕਿ ਪੰਜਾਬੀ ਵੀਰੇ ਦਲੇਰ ਨੇ, ਬਹੁਤ ਸੋਹਣੀ ਹਾਕੀ ਖੇਡਦੇ ਨੇ, ਬੜੇ ਟੈਲੈਂਟਡ ਨੇ। ਹੁਣ ਇੱਕ ਮੁੰਡਾ ਜੀ, ਉਹ ਨਾਂ ਹਾਰਦਿਕ ਸਿੰਘ ਆ ਜੀ, ਉਹ ਖੁਸਰਪੁਰ ਤੋਂ ਆ ਜੀ। ਉਹ ਵਰਲਡ ਓਲੰਪਿਕ ਖੇਲਿਆ, ਇੰਟਰਨੈਸ਼ਨਲ ਟੂਰਨਾਮੈਂਟ ਖੇਲਿਆ, ਜਿਹੜਾ ਮਰਜ਼ੀ ਦੇਖ ਲਓ ਜੀ, ਉਹ ਗੋਰਿਆਂ ਨੂੰ ਗੋਡਿਆਂ 'ਤੇ ਸਿੱਟ ਦਿੰਦਾ, ਜਦੋਂ ਕਰਦਾ ਜਿਹਦੇ ਸਿਰ ਜੀ ਕਰਦਾ ਕਰ ਦਿੰਦਾ, ਇਕੱਲਾ ਹੀ ਟੀਮ ਨੂੰ ਹਰਾ ਜਾਂਦਾ। ਪਿਛਲੇ ਵਰਲਡ ਕੱਪ 'ਚ ਉਹਦੇ ਸੱਟ ਲੱਗੀ, ਇੰਡੀਆ ਟੀਮ ਇੰਨਾ ਨਹੀਂ ਚੰਗਾ ਖੇਡੀ। ਇੱਕੋ ਪਲੇਅਰ ਮੈਨੂੰ ਜਚਿਆ, ਜਚੇ ਸਾਰੇ ਨੇ, ਹਰਮਨਪ੍ਰੀਤ ਵੀ, ਸਾਰੇ ਜਿੰਨੇ ਚੰਗੇ ਪਲੇਅਰ ਨੇ, ਪਰ ਜਿਹੜੀ ਬਰੀਕੀ ਉਹਦੇ 'ਚ ਆ, ਜਿਵੇਂ ਉਹ ਨੱਚਦਾ ਪੈਰਾਂ 'ਤੇ, ਉਹੋ ਜਿਹੇ ਪਲੇਅਰ ਅਸੀਂ ਬਣਾਉਣਾ ਚਾਹੁੰਦੇ ਹਾਂ। ਦੂਜੀ ਗੱਲ ਮੈਨੂੰ ਦੱਸ ਦਿਓ ਕਹਿਣ ਦੀ, ਜਦੋਂ ਦੇ ਗੋਰੇ ਆਏ ਨੇ, ਬਾਹਰੇ ਕੋਚ ਹੋ ਗਏ, 20 ਸਾਲ ਬਾਹਰਾਂ ਦੇ ਬਾਹਰਲੇ ਕੋਚ ਹੀ ਆਉਂਦੇ ਆ। ਹਾਂ ਕਿ ਇੰਡੀਆ 'ਚ ਇੰਨੇ ਚੰਗੇ ਕੋਚ ਨੇ, ਰਜਿੰਦਰ ਸਿੰਘ ਜੀ ਨੇ, ਆਪਣੇ ਪੁਰਾਣੇ ਓਲੰਪੀਅਨ, ਹੋਰ ਬੜੇ ਕੋਚਿਸ ਨੇ ਇੱਥੇ, ਸੁਖਬੀਰ ਗਰੇਵਾਲ ਆ। ਆਪਾਂ ਪਤਾ ਨਹੀਂ ਕਿਉਂ ਨਹੀਂ ਆਪਾਂ ਨੂੰ ਆਪਣੇ ਨੂੰ ਮੌਕਾ ਦਿੰਦੇ। 20 ਸਾਲਾਂ ਤੋਂ ਆਏ ਨੇ, ਉਹਨਾਂ ਨੇ ਡਿਸਿਪਲਿਨ ਦਿੱਤਾ, ਗੋਰਿਆਂ ਨੇ ਸਟਰਕਚਰ ਦਿੱਤਾ, ਉਹਨਾਂ ਦੱਸਿਆ, ਅਤੇ ਪਰ ਉਹ ਆਪਾਂ ਉੱਥੇ ਇੱਕ ਚੀਜ਼ ਲੈ ਗਏ, ਜਿਹੜੀ ਸਾਡੀ ਸਟਰੈਂਥ ਸੀਗੀ, ਜਿਹੜਾ ਸਾਡਾ ਆਰਟ ਸੀਗਾ, ਜਿਹੜੀ ਸਾਡੀ ਇੰਡੀਵਿਜੁਅਲ ਸਕਿੱਲ ਸੀਗੇ, ਉਹ ਸਭ ਤੋਂ ਖੋਹ ਲਏ। ਉਹਨਾਂ ਗਰੀਬਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ, ਅਤੇ ਹੁਣ ਆਪਣੇ ਮੁੰਡੇ ਭੁੱਲੇ ਹੋਏ ਨੇ, ਅਸੀਂ ਉਹਨੂੰ ਵਾਪਸ ਲਿਆਉਣਾ ਚਾਹੁੰਦੇ ਹਾਂ। ਹੁਣ ਮੇਰੇ ਨਾਲ ਹੰਸਵੀਰ ਜੀ ਨੇ PAE ਤੋਂ, ਫਿਰ ਰੋਮੀ ਵੀਰਾ, ਫਿਰ ਲਾਡੀ ਕੋਚ ਨੇ ਉੱਥੇ, ਅਸੀਂ ਸਾਰੇ ਰਲ ਕੇ, ਅਤੇ ਪ੍ਰਭਜੋਤ ਹੈਗੇ ਜਿਹੜੇ ਜਰਨਲਿਸਟ ਟ੍ਰਿਬਿਊਨ ਦੇ, ਉਹ ਕੈਨੇਡਾ ਰਹਿੰਦੇ, ਉਹ ਆ ਰਹੇ ਨੇ। ਸਾਡਾ ਇੱਕੋ ਹੀ ਮਕਸਦ ਆ ਕਿ ਜਿੰਨੇ ਲੁਧਿਆਣੇ 'ਚ ਡਿਸਟ੍ਰਿਕਟ ਪਿੰਡ ਨੇ, ਉਸ ਤੋਂ ਬਾਅਦ ਪੰਜਾਬ 'ਚ ਜਿੰਨੇ ਕੋਚਿਸ ਨੇ, ਕੋਚਾਂ ਨੂੰ ਕੋਚ ਕਰਨਾ,
ਉਹਨਾਂ ਨੂੰ ਦੱਸਣਾ ਕਿ ਆਹ ਕਰਨਾ ਛੋਟੇ ਵੀਰੇ, ਆਹ ਨਹੀਂ ਕਰਨਾ, ਇਹ ਕਿਉਂ ਕਰਨਾ, ਇਹਦੇ ਇਹ ਫਾਇਦੇ ਨੇ, ਇਹ ਨਹੀਂ ਕਰਨਾ ਕਿਉਂ ਨਹੀਂ ਕਰਨਾ, ਇਹਦੇ ਇਹ ਨੁਕਸਾਨ ਨੇ। ਜਦੋਂ ਅਸੀਂ ਆਪਣੇ ਕੋਚਾਂ ਨੂੰ ਇਹ ਦੱਸ ਦਾਂਗੇ ਅਤੇ ਸਾਇੰਟੀਫਿਕ ਬੇਸ ਟ੍ਰੇਨਿੰਗ ਕਰਾਉਣੀ ਆ, ਉਦੋਂ ਬੱਚੇ ਦੇ ਦਿਮਾਗ ਨੂੰ ਹਾਕੀ ਸਿਖਾਉਣੀ ਆ ਤਾਂ ਕਿ ਉਹ ਇੰਟੈਲੀਜੈਂਟ ਹਾਕੀ ਪਲੇਅਰ ਬਣੇ, ਸਾਡਾ ਹੀ ਮਕਸਦ ਆ ਜੀ। ਬਹੁਤ ਸੌਖਾ ਅਤੇ ਮੈਂ ਖੁਸ਼ਕਿਸਮਤ ਹਾਂ ਰੌਂਪਰ ਆਇਆ। ਦੇਖੋ ਜੀ, ਮੈਂ ਝੂਠ ਨਹੀਂ ਬੋਲਦਾ, ਅੱਧ ਕਮਾਈ ਵੀ ਰਹਿ ਕੇ ਅੱਧ ਕਿੰਨੇ ਬੱਚੇ ਖੇਡਦੇ। ਅੱਛਾ, ਮੈਨੂੰ ਇੱਕ ਗੱਲ ਦੱਸ ਦਿਓ, ਜੇ ਇੱਕ ਵੀ ਬੱਚਾ ਖੜ੍ਹਾ ਹੋਵੇ ਸਾਰਾ, ਆਹ ਦੇਖੋ ਆਹ ਮੁੰਡਾ ਨੱਚਦਾ ਪੱਬਤ, ਆਹ ਦੇਖੋ ਆਹ ਲਾਤਾ ਨਾ ਮੈਂ, ਆਹ ਦੇਖੋ ਆਹ ਦੇਖੋ ਆਹ ਦੇਖੋ, ਚਾਹੇ ਬੱਚੇ ਨੂੰ ਕੋਈ ਧਿਆਨ ਨਹੀਂ ਦੇ ਰਿਹਾ। ਕਿਉਂ? ਇਹਨਾਂ ਨੂੰ ਅਸੀਂ ਸਿਖਾਇਆ, ਤਿੰਨ ਦਫ਼ਾ ਆਇਆ ਮੈਂ, ਚੌਥੀ ਵਾਰੀ ਸਿਖਾਇਆ, ਇਹ ਨੱਚਣ ਲੱਗ ਗਏ। ਇਹ ਸਾਡਾ ਜਿਵੇਂ ਆਪਣਾ ਕਲਚਰ ਆ। ਸੋ ਇੰਨਾ ਕੁ ਮਕਸਦ ਆ ਮੇਰਾ ਵੀਰੇ। ਜਿਹੜੀ HTC ਚੱਲਦੀ ਹੈ ਜੀ, ਸਾਡੀ ਅਕੈਡਮੀ ਇੱਥੇ ਚੱਲਦੀ ਹੈ, ਅਤੇ ਪਿੰਡ ਵਾਲੇ ਜਿਹੜੇ ਮੋਹਦਵਾਨ ਵੀਰ ਨੇ ਉਹ ਰਲ ਕੇ ਪਿੰਡ ਵਾਲਿਆਂ ਦੇ ਨਾਲ NRIs ਦੇ ਨਾਲ ਚਲਾ ਰਹੇ ਨੇ। ਉਹ ਇੱਕ ਬਹੁਤ ਵੱਡਾ ਉਪਰਾਲਾ ਹੈ ਸਾਡੀ ਸਪੋਰਟਸ ਨੂੰ, ਅਤੇ ਸਾਡੇ ਪਿੰਡ ਦੀ ਹਾਕੀ ਹੈ ਜਿਹੜੀ ਉਹ ਪੁਰਾਣੇ ਟਾਈਮ ਤੋਂ ਆਪਣੇ ਸਾਡੇ ਟੀਚਰ ਹਰਚੰਦ ਸਿੰਘ, ਜਿਹਨਾਂ ਨੂੰ ਅਕਾਲੀ ਚੰਦ ਕਹਿੰਦੇ ਸੀ, ਅਤੇ ਉਹ ਵੀਰ ਸੁਰਿੰਦਰ ਸਿੰਘ ਨੀਟਾ, ਉਹਨਾਂ ਦੇ ਜਿਹੜੇ ਪੈੜਾਂ ਪਾਈਆਂ ਹੋਈਆਂ ਨੇ, ਅਤੇ ਸਾਡੀ ਹਾਕੀ ਉਦੋਂ ਪਹਿਲਾਂ ਦੀ ਵੀ ਬੜੀ ਆਵਾਜ਼ ਰਹੀ ਹੈ, ਅਤੇ ਉਹਨੂੰ ਫਿਰ ਦੁਬਾਰੇ ਚੱਕਣ ਲਈ ਸਾਡੇ ਪਿੰਡ ਦੇ ਜਿਹੜੇ ਮੂਹਰੇ ਲੱਗੇ ਹੋਏ ਵੀਰ, ਮੇਰਾ ਵੀਰ ਰਣਜੋਤ ਸਿੰਘ ਜੀ, ਅਤੇ ਸੂਬੇਦਾਰ ਕੁਲਦੀਪ ਸਿੰਘ ਜੀ, ਅਤੇ ਆਪਣਾ ਵੀਰ ਗੋਲੂ ਹੈ, ਅਤੇ ਨਾਲ ਪ੍ਰੇਮ ਹੈ, ਅਤੇ ਨਾਲ ਹੋਰ ਜਿਹੜੇ ਪਿੰਡ ਦੇ ਲੋਕੀ ਸਾਡੇ ਜਿੰਨੇ ਵੀ NRI ਵੀਰ ਨੇ, ਉਹ ਸਾਡੇ ਪਿੰਡ ਦੀ ਜਿਹੜੀ ਮੌਜੂਦਾ ਜਿਹੜੇ ਵੀ ਕੋਈ ਮੋਹਦਵਾਨ ਸੱਜਣ ਨੇ ਉਹ ਇਹਨਾਂ ਦਾ ਸਾਥ ਦੇ ਰਹੇ ਨੇ, ਅਤੇ ਇਹ ਇੱਕ ਦਿਨ ਸਾਡਾ ਜਿਹੜਾ ਸੁਪਨਾ ਉਹ ਪੂਰਾ ਹੋਊ ਕਿ ਇੱਥੋਂ ਅਸੀਂ ਵੱਡੇ ਪਲੇਅਰ ਪੈਦਾ ਕਰ ਸਕਦੇ ਹਾਂ। ਅਤੇ ਨਾਲ ਦੀ ਨਾਲ ਅੱਜ ਵੀ ਤੁਸੀਂ ਦੇਖਦੇ ਹੋ ਜੇ ਗਰਾਊਂਡਾਂ ਦੇ ਵਿੱਚ ਇੰਨੀ ਰੌਣਕ ਹੋ ਗਈ ਤਾਂ ਸਾਡਾ ਆਉਣ ਵਾਲਾ ਜਿਹੜਾ ਭਵਿੱਖ ਹੈ, ਅਸੀਂ ਨਸ਼ਿਆਂ ਤੋਂ ਕਿਵੇਂ ਬਚਣਾ ਇਹ ਤਾਂ ਅਸੀਂ ਸੋਚ ਲੈਣਾ, ਬਚਣਾ ਕਿਵੇਂ ਆ ਇਹ ਸਾਡੀ ਸ਼ੁਰੂਆਤ ਹੈ ਬਾਈ ਜੀ।